ਤੇ ਮਾਲ ਤੇ ਸ਼ੇਰ ਨੇ ਹਮਲਾ ਕਰ ਦਿੱਤਾ। ਅੱਗੇ ਖਲੋ ਕੇ ਤਗੜੇ ਹੋ ਗਏ, ਆਉਂਦੇ ਉਹ ਬਿੱਲਿਆ ਗੁਰੂ ਕਾ ਮਾਲ ਹੈ, ਪਿੱਛੇ ਹਟ ਜਾ ਨਹੀਂ ਤਾਂ ਸੋਧ ਜਾਂਗੇ। ਉੱਥੇ ਹੀ ਨਮਸਕਾਰ ਕਰਕੇ ਸ਼ੇਰ ਵਾਪਸ ਚਲੇ ਗਿਆ। ਸੋ ਬਹੁਤ ਬਲੀ ਸਨ। ਫਿਰ ਜੇ ਸਿੰਘ ਕਿਤੇ ਕਹਿੰਦੇ ਸਨ ਵੀ ਬਾਬਾ ਜੀ ਅੱਜ ਚਟੰਗਾ ਛਕਣ ਨੂੰ ਦਿਲ ਕਰਦਾ, ਤਾਂ ਉਹਨਾਂ ਨੇ ਕਹਿਣਾ ਵੀ ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਪੰਜ ਸਿੰਘ ਇਸ਼ਨਾਨ ਕਰਕੇ, ਜੇ ਤਾਂ ਪੰਜੇ ਸਿੰਘ ਹੀ ਆਪਣਾ ਬਾਣੀ ਕੰਠ ਹੈ ਚੰਡੀ ਦੀ ਵਾਰ, ਪੰਜੇ ਸਿੰਘ ਹੀ ਪੜ੍ਹਨੀ ਤਾਂ ਇੱਕ ਸਿੰਘ ਪੜ੍ਹ ਕੇ ਜਾਪ ਕਰਨਾ ਪਏ ਉੱਚੀ, ਬਾਕੀ ਚੌਂਕੜੇ ਲਾ ਕੇ ਬੈਠ ਜਾਣ, ਸੂਰਜ ਉਗਣ ਤੋਂ ਪਹਿਲਾਂ ਚਟੰਗਾ ਆ ਪਾਵੇਗਾ। ਇਸ ਤਰ੍ਹਾਂ ਹਜ਼ਾਰਾਂ ਵਾਰਾਂ ਸਿੰਘਾਂ ਨੇ ਪਰਤਾਇਆ ਅਤੇ ਇਹ ਪੈਰਾ ਹੁੰਦਾ ਰਿਹਾ, ਕੋਈ ਬਚਨ ਜਿਹੜਾ ਕੱਢ ਦਿੱਤਾ। ਸਤਿਕਾਰਯੋਗ ਮਹਾਂਪੁਰਖ ਜਥੇਦਾਰ ਬਾਬਾ ਸੋਹਣ ਸਿੰਘ ਜੀ ਵਿਧੀ ਚੰਦੀਏ ਸੁਰ ਸਿੰਘ ਵਾਲੇ ਦਾਸ ਨੇ ਉਹਨਾਂ ਦੇ ਦਰਸ਼ ਮੇਲੇ ਬਹੁਤ ਪਿਆਰ ਕਰਦੇ ਹੁੰਦੇ ਸਨ। ਦਾਸ ਨੇ ਉਹਨਾਂ ਨੂੰ ਆਪ ਦੀਪਮਾਲਾ ਦੇ ਮੇਲੇ 'ਤੇ ਵੇਖਿਆ, ਜਿਉਂ ਜਿੱਥੇ ਬਾਬਾ ਜੀ ਦਾ ਪੜਾਅ ਹੁਣ ਟੂਟੀਆਂ 'ਤੇ ਵਸਾਵਾ ਸਿੰਘ ਵਾਲੀਆਂ ਟੂਟੀਆਂ ਦੇ ਬਾਬਾ ਦੀਪ ਸਿੰਘ ਜੀ ਹੋਰਾਂ ਦੇ ਅਸਥਾਨ ਦੇ ਨੇੜੇ ਚਾਟੀਵਿੰਡ, ਇੱਥੋਂ ਬੁਰਜ ਸਾਹਿਬ ਤੋਂ ਘੋੜੇ 'ਤੇ ਬਾਬੇ ਡੰਡਿਆਂ ਵਾਲੇ ਬਾਬੇ ਕਰਮ ਸਿੰਘ ਜੀ ਨੂੰ ਚੜ੍ਹਾ ਕੇ ਆਪ ਘੋੜਾ ਉਹਨਾਂ ਦਾ ਫੜ ਕੇ ਸਾਰੇ ਅੰਮ੍ਰਿਤਸਰ ਦੀ ਪਰਿਕਰਮਾ ਸਾਰੇ ਮਹੱਲੇ ਵਿੱਚ ਮਹਾਂਪੁਰਸ਼ ਆਪ ਉਹਨਾਂ ਨੂੰ ਲਿਜਾਉਂਦੇ ਹੁੰਦੇ ਸਨ। ਸੋ ਬਹੁਤ ਮਾਣ ਸਤਿਕਾਰ ਸੀ। ਅੱਜ ਹੁਣ ਕੁਝ ਐਸਾ ਪ੍ਰੋਗਰਾਮ ਵੀ ਚੱਲਿਆ ਕਿ ਆਪਣਾ ਹੁਣ ਦੇ ਕੁਝ ਸਿੰਘਾਂ ਨੇ ਜਥੇਦਾਰ ਸਾਹਿਬਾਨਾਂ ਨੇ ਉਹਨਾਂ ਦਾ ਬੁੱਢੇ ਦਲ ਦੀ ਲਿਸਟ ਵਿੱਚੋਂ ਨਾਮ ਹੀ ਕੱਢਿਆ ਹੈ, ਪਰ ਇਹ ਗੱਲ ਠੀਕ ਨਹੀਂ ਸੀ। ਠੀਕ ਹੈ ਬਾਬਾ ਸਚੇਤ ਸਿੰਘ ਜੀ ਨੀਤੀ ਨਿਪੁੰਨ ਬੜੀ ਚੜ੍ਹਦੀ ਕਲਾ ਵਾਲੇ ਸਨ, ਉਹਨਾਂ ਨੇ ਦਲ ਦਾ ਪਹਿਰਾ ਬਹੁਤ ਚੜ੍ਹਦੀਆਂ ਕਲਾ ਵਿੱਚ ਚਲਾਇਆ, ਉਦੋਂ ਬਾਅਦ ਬਾਬੇ ਸੰਤਾ ਸਿੰਘ ਹੋਰਾਂ ਵੀ। ਪਰ ਇਸ ਗੱਲ ਤੋਂ ਦੁੱਖ ਆਉਂਦਾ ਹੈ ਕਿ ਮਹਾਂਪੁਰਸ਼ਾਂ ਦਾ ਜਿਹੜਾ ਜਥੇਦਾਰਾਂ ਦੀ ਲਿਸਟ ਵਿੱਚ ਨਾਮ ਹੀ ਨਹੀਂ ਗਾ, ਇਹ ਨਹੀਂ ਸੀ ਚਾਹੀਦਾ, ਉਹਨਾਂ ਦਾ ਵਿੱਚ ਨਾਮ ਹੋਣਾ ਚਾਹੀਦਾ। ਇਸ ਬਾਰੇ ਮਹਾਂਪੁਰਸ਼ ਜਥੇਦਾਰ ਬਾਬਾ ਦਿਆ ਸਿੰਘ ਜੀ ਵੀ ਕਈ ਵਾਰਾਂ ਬਚਨ ਅਕਸਰ ਦਲਾਂ ਪੰਥਾਂ ਵਿੱਚ ਕਰਦੇ ਹਨ ਕਿ ਇਹ ਜਿਹੜਾ ਬਚਨ ਹੈ ਇਹ ਠੀਕ ਨਹੀਂ। ਸੋ ਬਹੁਤ ਬਲੀ ਅਤੇ ਬੜੇ ਬਲਵਾਨ ਹਠੀ ਤਪੀ ਬਚਨ ਦੇ ਬਲੀ ਸਨ ਬਾਬਾ ਕਰਮ ਸਿੰਘ ਜੀ ਡੰਡਿਆਂ ਵਾਲੇ, ਇਹ ਉਹਨਾਂ ਦਾ ਖਿਤਾਬ ਸੀ। ਅਤੇ ਬੜੇ ਹੀ ਕਮਰ ਕੱਸੇ ਦੇ ਪੱਕੇ, ਦੋਨੋਂ ਟਾਈਮ ਇਸ਼ਨਾਨ ਕਰਨਾ, 100 ਤੋਂ ਵੱਧ ਉਹਨਾਂ ਦੀ ਉਮਰ ਹੋਈ ਹੈ। ਅਤੇ ਚੜ੍ਹਦੀ ਕਲਾ ਵਿੱਚ ਹੀ ਫਿਰ ਉਹਨਾਂ ਦਾ ਬਚਨ ਇੱਕ ਇਹ ਵੀ ਸੁਣਿਆ ਹੈ, ਜਿਹੜੇ ਮੌਕੇ 'ਤੇ ਸਿੰਘ ਸਨ ਬਾਬਾ ਜੀ ਨੇ ਪਹਿਲਾਂ ਹੀ, ਕਿਉਂਕਿ ਆਮ ਪੜਾਅ ਆਪਣਾ ਨਹਿਰਾਂ 'ਤੇ ਰੱਖਦੇ ਸਨ, ਗੁਰੂ ਕਾ ਮਾਲ ਮਾਝੇ ਵਿੱਚ ਬਹੁਤ ਜ਼ਿਆਦਾ ਉਹਨਾਂ ਦਾ ਮਾਣ ਸਤਿਕਾਰ ਲੋਕ ਕਰਦੇ ਸਨ, ਮਾਲ ਡੰਗਰ ਤੋਂ ਕਈ ਵਾਰ ਆਵਾਜ਼ਾਰ ਵੀ ਹੋਣਾ, ਅਤੇ ਫਿਰ ਅਗਲੇ ਨਗਰ ਛੱਡ ਆਉਣਾ ਸਿੰਘਾਂ ਨੇ, ਅਤੇ ਚਟੰਗੇ ਉਹਨਾਂ ਦੇ ਆਸਣਾਂ 'ਚ ਹੁਣ ਵੀ ਖਵਾਸਪੁਰ ਗੋਂਦਵਾਲ ਸਾਹਿਬ ਖਡੂਰ ਸਾਹਿਬ ਦੇ ਰਸਤੇ 'ਚ ਉੱਥੇ ਬਾਬਾ ਜੀ ਦਾ ਅਸਥਾਨ ਸੀ, ਅਤੇ ਉਹਨਾਂ ਨੇ ਆਖਿਆ ਸਾਡਾ ਸਤਿਕਾਰ ਇੱਥੇ ਕਰਨਾ। ਕਿਸੇ ਕਾਰਨ ਮਲ ਖਾੜੇ ਖਡੂਰ ਸਾਹਿਬ ਬਾਬਾ ਜੀ ਚੜ੍ਹਾਈ ਕਰ ਗਏ ਉੱਥੇ। ਇਹ ਬਚਨ ਰਾਗੀ ਬਲਬੀਰ ਸਿੰਘ ਜੀ ਹੋਰਾਂ ਤੋਂ ਸੁਣਿਆ ਕਿ ਅਸੀਂ ਉੱਥੇ ਮੌਕੇ 'ਤੇ ਸਾਂ, ਹੈ ਜਿਹੜੇ ਹੈੱਡ ਰਾਗੀ ਪਿਛਲੇ ਸਮੇਂ ਦਰਬਾਰ ਸਾਹਿਬ ਰਹੇ ਨੇ, ਕਿ ਬਾਬਾ ਜੀ ਇੱਥੇ ਅਕਾਲ ਚਲਾਣਾ ਕਰ ਗਏ ਅਤੇ ਉਹਨਾਂ ਦੀ ਚਿਖਾ ਚਿੰਨ ਦਿੱਤੀ, ਅਤੇ ਜਦੋਂ ਸੰਸਕਾਰ ਕਰਨਾ ਸੀ ਸਾਰੀ ਤਿਆਰੀ ਕਰ ਲਈ ਅਤੇ ਬਾਬਾ ਜੀ ਨੂੰ ਆਸਣ ਤੋਂ ਪਲਗੇ ਤੋਂ ਚਿਖਾ 'ਚ ਰੱਖਣਾ ਸੀ ਅਤੇ ਉੱਠ ਕੇ ਬੈਠ ਗਏ, ਆਖਣ ਲੱਗੇ ਉਹ ਤੁਹਾਡੀ ਤੁਹਾਨੂੰ ਤਾਂ ਆਖਿਆ ਸੀ ਸਾਡਾ ਉੱਥੇ ਸੰਸਕਾਰ ਕਰਨਾ ਖਵਾਸਪੁਰ ਨਹਿਰ 'ਤੇ, ਹੁਣੇ ਚੁੱਕੋ ਮੰਜਾ ਸਾਡਾ ਉੱਥੇ ਚੱਲ ਕੇ। ਜਦੋਂ ਬਿਲਕੁਲ ਇਸ਼ਨਾਨ ਕਰਾ ਕੇ ਚਿਖਾ ਦੀ ਤਿਆਰੀ ਸੀ ਉਦੋਂ ਮਹਾਂਪੁਰਸ਼ਾਂ ਨੇ ਉੱਠ ਕੇ ਫਿਰ ਇਹ ਬਚਨ ਕੀਤਾ। ਸਾਰੀ ਸੰਗਤ ਉੱਥੋਂ ਖਵਾਸਪੁਰ ਪੁਲ 'ਤੇ ਜਾ ਕੇ ਅਤੇ ਉੱਥੇ ਫਿਰ ਬਾਬਾ ਜੀ ਨੇ ਜਾ ਕੇ ਆਪ ਕੀਰਤਨ ਸੋਹਲੇ ਦਾ ਪਾਠ ਕਰਕੇ ਫਤਿਹ ਬੁਲਾ ਕੇ ਚਾਦਰਾ ਲੈ ਕੇ ਅਤੇ ਚਾਲਾ ਮਾਰ ਗਏ। ਸੋ ਬਹੁਤ ਬਲੀ ਸਨ। ਸਾਡੇ ਦਲ ਦਾ ਵੀ ਉਹਨਾਂ ਹੀ ਨਾਮ ਰੱਖਿਆ, ਦਾਸ ਨੇ ਉਹਨਾਂ ਦੇ ਨਾਲ, ਸਾਡੇ ਭਾਈ ਸਾਹਿਬ ਵੀ, ਹੋਰ ਵੀ ਸਿੰਘ, ਭਾਈ ਸੰਤੋਖ ਸਿੰਘ ਹੋਰੀ, ਬਾਬਾ ਗੱਜਣ ਸਿੰਘ ਹੋਰੀ ਨਾਲ ਉਹਨਾਂ ਦੇ ਸੇਵਾ, ਬੁਰਜ ਅਕਾਲੀ ਫੂਲਾ ਸਿੰਘ ਉਹਨਾਂ ਦਾ ਪਹਿਰਾ ਹੁੰਦਾ ਸੀ ਤਾਰਾ ਸਿੰਘ ਸੰਜੋਈਏ ਤੋਂ ਬਾਅਦ, ਤਾਂ ਉੱਥੇ ਵੀ ਸੇਵਾ ਕਰਦੇ ਰਹੇ ਨਾਲ ਵਿਚਰ ਕੇ ਵੀ। ਸੋ ਬਾਬਾ ਜੀ ਦਾ ਬਹੁਤ ਵੱਡਾ ਪਹਿਰਾ, ਦਾਸ ਸੰਖੇਪ ਜਿਹਾ ਉਹਨਾਂ ਦੇ ਬਾਰੇ ਵੀ ਦੱਸਦਾ ਕਿ ਬੜੇ ਬਲੀ ਅਤੇ ਉਹ ਮੁਖੀ ਜਥੇਦਾਰ ਸਨ, ਅਤੇ ਜਿਨ੍ਹਾਂ ਦਾ ਮਾਣ ਸਤਿਕਾਰ ਸਾਰੇ ਜਥੇਦਾਰ ਸਾਹਿਬਾਨ ਅਤੇ ਸਾਰੇ ਪੁਰਾਤਨ ਸਿੰਘ ਬਹੁਤ ਕਰਦੇ ਸਨ। ਅੱਜ ਵੀ ਉਹਨਾਂ ਦਾ ਨਾਮ ਤਾਂ ਥੋੜ੍ਹਾ ਬਹੁਤਾ ਚੱਲਦਾ ਹੈ, ਬਾਬਾ ਬਕਾਲੇ ਵਾਲੇ, ਬਾਬਾ ਬਿਜਨ ਸਿੰਘ ਹੋਰੀ, ਬਾਬਾ ਮੱਖਣ ਸਿੰਘ ਜੀ ਹੋਰੀ, ਨੰਬਰਦਾਰ ਗੱਜਣ ਸਿੰਘ ਹੋਰੀ, ਉਹਨਾਂ ਦੇ ਮਤਲਬ ਨਿਸ਼ਾਨ ਨਗਾਰੇ ਜਿਹੜੇ ਉਹ ਹੁਣ ਵੀ ਉਹਨਾਂ ਦੇ ਕੋਲ ਨੇ, ਉਹ ਵਿੱਚ ਕਈ ਵਾਰਾਂ ਉਤਰਾਅ ਚੜਾਅ ਆਉਂਦਾ ਰਿਹਾ, ਪਰ
ਇਸ ਤਰ੍ਹਾਂ ਉਹਨਾਂ ਦਾ ਬਾਬਾ ਜੀ ਦਾ ਬੜਾ ਵੱਡਾ ਹੜਤਪ ਸੀ ਅਤੇ ਬੜੇ ਬਲੀ ਸਨ। ਬਾਕੀ ਬੁੱਢਾ ਦਲ ਵੀ, ਬਾਬਾ ਸ਼ੇਰ ਸਿੰਘ ਜੀ ਵੀ ਉਹਨਾਂ ਦਾ ਹੀ ਸਰੂਪ ਨੇ, ਕੋਈ ਖਾਲਸਾ ਸਾਰਾ ਗੁਰੂ ਸਾਹਿਬਾਂ ਦਾ ਸਰੂਪ ਹੈ। ਇਸ ਸਮੇਂ ਦਾ ਕੋਈ ਹੇਰ ਫੇਰ ਕਰਕੇ ਇੱਦਾਂ ਦੇ ਥੋੜ੍ਹੇ ਬਹੁਤੇ ਬਚਨ ਹਨ। ਸਤਿਗੁਰੂ ਕਿਰਪਾ ਕਰਨ, ਗੁਰੂ ਪੰਥ ਦਾ, ਬੁੱਢੇ ਦਲ ਦਾ, ਤਰਨੇ ਦਲਾਂ ਦਾ, ਚੜ੍ਹਦੀ ਕਲਾ ਦਾ ਬੋਲਬਾਲਾ ਬੁਲੰਦ ਰੱਖਣ।